ਸੁਣ ਰਹੀ ਅਸੀਂ ਇੱਕ ਵਾਰ ਤਾੜੀਆਂ ਲਾ ਲਿਓ ਸਾਡੇ ਇਲਾਕੇ ਦਾ ਮਾਮਾ ਬਾਕੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਹ ਨੌਜਵਾਨ ਵੀ ਆਪਣੀ ਜੋੜਦਾ ਸਿਰੇ ਦਾ ਮਾਮਾ ਇੱਕ ਪਾਸੇ ਮਦਨ ਪਹਿਲਵਾਨ ਨਾਲ ਕੁੱਟ ਰਿਹਾ ਸੀ ਤੇ ਸੂਜੇ ਪਹਿਲਵਾਨ ਹਰਿਆਣਾ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਸ਼ਾਬਾਸ਼ ਅੰਦਰ ਆਜੋ ਅਗਲਾ ਮੁਕਾਬਲਾ ਹੱਟ ਪਾਸੇ
ਲੱਡੀਆਂ ਪਾਉਂਦੀ ਫਿਰ ਜਵਾਨੀ ਤੇ ਲੱਡੀਆਂ ਪਾਉਂਦੀ ਫਿਰ ਜਵਾਨੀ ਆਦਰ ਸੂਚੇ ਤੇ ਮਾਡਲ ਦਾ ਮੁਕਾਬਲਾ ਜਿਹੜਾ ਸਵੇਰੇ ਚੱਲਦਾ ਰਾਜ ਸਿੰਘ ਜੀ ਦੂਜੀ ਕੁਸ਼ਤੀ ਬੜੀ ਸੈਡ ਨੂੰ ਕਰਦੇ ਇਹ ਬੱਲੇ 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 ਸ਼ਾਬਾਸ਼ ਸ਼ਾਬਾਸ਼ ਸ਼ੋਭਨ ਤੇ ਭੋਲੂ ਬੱਲੇ 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 ਨਹੀਂ 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 ਹੋਈ ਕੁਸ਼ਤੀ ਆਵੇ ਸਾਧਕ ਪਹਿਲਵਾਨ ਦਬਾਣਾ ਹੈਲੋ ਹੈਲੋ ਸਾਧਕ ਪਹਿਲਵਾਨ ਦਬਾਣਾ ਅਖੜੇ ਦੀ ਸਲਾਮੀ ਦੇਵੇ ਜਵੇਦ ਪਹਿਲਵਾਨ ਕਠੂਆ ਹੱਥ ਜੋੜੀ ਕਰੇਗੇ ਕਰੋ ਹੱਥ ਜੋੜੀ ਤਿਆਰ ਹੋ ਜਾਓ ਤਾੜੀਆਂ ਤਾਂ ਲਾ ਲਓ ਨਿਕਲ ਕੇ ਸਾਹਮਣੇ ਆ ਗਿਆ ਕਿਉਂਕਿ ਬਰਾਬਰ ਦੀ ਜੋੜ ਦੇ ਵਿੱਚ ਫੜਨਾ ਵੀ ਔਖਾ ਥੱਲੇ ਨਿਕਲਣਾ ਵੀ ਔਖਾ ਬੜੀ ਹਿੰਮਤ ਦਿਖਾਈ ਇਸ ਨੌਜਵਾਨ ਨੇ ਦੇਖਦੇ ਆ ਵੀ ਕਿਹੜਾ ਜਿੱਤ ਤੇ ਕਿਹੜਾ ਹਾਲ ਹੈ ਬੰਦ ਸਮੇਂ ਦੀ ਕਿ ਜੀਤਣ ਕੀ ਹੋਤੀ ਹੈ ਜਿਨ ਕੇ ਬਾਜੂਏ ਮੈਂ ਜਾਨ ਹੋਤੀ ਹੈ ਜੀਤਣ ਕੀ ਹੋਤੀ ਹੈ ਜਿਨ ਕੇ ਬਾਜੂਏ ਮੈਂ ਜਾਨ ਹੋਤੀ ਹੈ ਪੰਥੋਂ ਸੇ ਕੁਛ ਨਹੀਂ ਹੋਤਾ ਹੌਸਲੋਂ ਸੇ ਉਡਾਨ ਹੋਤੀ ਹੈ ਬੜਾ ਹੌਸਲਾ ਨਾ ਨੌਜਵਾਨਾਂ ਦਾ ਅੱਜ ਮੈਦਾਨਾਂ ਦੇ ਵਿੱਚ ਆਪਣੇ ਜ਼ਫ਼ਰ ਲਿਖਾਉਂਦੇ ਹੋਏ ਸ਼ਾਵਾਂ ਬੰਬਾ ਤੇ ਜੈ ਭਗਵਾਨ ਆਰੇ ਹੱਲਾ ਮੱਲੋ ਬੜੀ ਵਧੀਆ ਕੁਸ਼ਤੀ ਜਿਹੜੀ ਚੱਲਦੀ ਆ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਹਾਂ ਬਈ ਮਾਡਨ ਅਗਰ ਕੁਸ਼ਤੀ ਜਿੱਤਦਾ ਅਸ਼ੋਕ ਜੀ ਵੱਲੋਂ ਰੁਪਈਆ 500 ਹੋਏਗਾ ਮਾਡਨ ਦੇ ਲਈ ਅਗਰ ਮਾਡਨ ਕੁਸ਼ਤੀ ਜਿੱਤਦਾ ਸਾਡੇ ਲਖਨ ਜੀ ਦੇ ਸਾਰੇ ਸਾਹਮਣੇ ਅਸ਼ੋਕ ਜੀ ਉਹਨਾਂ ਵੱਲੋਂ 500 ਰੁਪਏ ਅਗਰ ਮਾਡਨ ਕੁਸ਼ਤੀ ਜਿੱਤਦਾ ਸ਼ਾਬਾਸ਼ 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 ਲਾਓ ਦਾਦੇ ਪਹਿਲਵਾਨ ਨੇ ਤੇਰੇ ਕੁਸ਼ਤੀ ਦਾ ਫੈਸਲਾ ਕਹਿੰਦਾ ਦੁਨੀਆ ਮੰਦੀ ਜੋਰਾਂ ਨੂੰ ਤੇ ਫਿੱਟੇ ਨੂੰ ਕਮਜ਼ੋਰਾਂ ਨੂੰ ਤੰਦਰੁਸਤਾਂ ਦਾ ਮੇਲਾ ਆ ਮੇਲਾ ਨਹੀਂ ਮਨਾਣਾ ਨੇ ਤੇ ਜੈ ਭਗਵਾਨ ਦਿੱਲੀ ਦਾ ਮੁਕਾਬਲਾ ਚੱਲਦਾ ਹੈ ਲਾਓ ਦਾਦੇ ਚ ਮੰਨੇ ਕਰੋ ਕੁਸ਼ਤੀ ਦਾ ਫੈਸਲਾ ਸ਼ਾਬਾਸ਼ ਸ਼ਾਬਾਸ਼ ਸੇਠੀ ਤੇ ਮਰਾਦਲੀ
ਕਈ ਦੁਬਾਰਾ ਆਇਓ, ਕਮੇਟੀ ਕਹਿੰਦੀ ਦੁਬਾਰਾ ਆਓ। ਭਾਈ ਚੈਨ ਸਿੰਘ ਜੀ ਨਾਰਕੋਟ ਸ਼ਾਮ ਦਲ ਦਾ ਦਮੇਲ ਹੱਥੀ ਜਿਹੜੀ ਕਰੋ, ਚੈਨ ਸਿੰਘ ਜੀ ਨਾਰਕੋਟ, ਚੈਨ ਸਿੰਘ ਜੀ ਨਾਰਕੋਟ ਸ਼ਾਮ ਦਲ ਦਾ ਦਮੇਲ ਹੱਥੀ ਜਿਹੜੀ ਕਰੋ, ਤਿਆਰ ਹੋ ਜਾਓ। ਕਮੇਟੀ ਨੇ ਛੋਟੀਆਂ ਪਰਚੀਆਂ ਲੈ ਲਈਆਂ, ਮੇਰੇ ਕੋਲ ਨਾਮ ਆਓ, ਕਹਿੰਦੇ ਸਪੈਸ਼ਲ ਕਰਾਉਣੀ ਹੈ, ਕਮੇਟੀ ਨਾਲ ਗੱਲ ਕਰੋ। ਆਪਣੀ ਜਗ੍ਹਾ ਤੇ ਬੈਠੋ, ਸਾਰੇ ਨੇ ਬੋਲ ਲੈਣੀ ਆ, ਮੇਰੇ ਕਿਹੜੇ ਤੁਸੀਂ ਦੁਸ਼ਮਣ ਯਾਰ, ਜਾਂ ਫਿਰ ਆਪਣੀ ਜਗ੍ਹਾ ਤੇ ਬੈਠੋ, ਇੱਕ ਜਗ੍ਹਾ ਦੂਜਾ ਆ ਜਾਂਦਾ, ਮੇਰੀ ਬੋਲੋ, ਮੇਰੀ ਬੋਲੋ, ਜੇ ਤੁਸੀਂ ਢੀਠ ਹੈ ਤਾਂ ਮੈਂ ਵੀ ਢੀਠ ਹੈਗਾ। ਆਦਰ ਨਿਸਾਰ ਪਹਿਲ ਵਾਰ ਪੁੱਜਿਆ ਡੋਡੇ ਵਾਲਾ, ਇੱਕ ਵਾਰ ਸਲਾਮੀ ਦੇਗਾ, ਸੱਟ ਲੱਗੀ ਹੈ ਭਾਵੇਂ ਕੋਈ ਨਹੀਂ ਹੈ, ਪਰ ਚੇਚੇ ਤੌਰ ਤੇ ਪੁੱਜਿਆ। ਦਰਸ਼ਕੋ ਇੱਕ ਵਾਰ ਤਾੜੀਆਂ ਲਾ ਦਿਓ ਬਾਈ, ਜਵਾਨ ਇੱਕ ਵਾਰ ਤਾੜੀਆਂ ਲਾ ਦਿਓ, ਅੱਜ ਦੀ ਵੱਡੀ ਬਾਲੀ ਦਾ ਪਹਿਲਵਾਨ ਵੀ ਪੁੱਜ ਗਿਆ, ਆਏ ਲੱਲੂ ਪਹਿਲਵਾਨ, ਲੱਲੂ ਇੱਥੇ ਖੜ ਜਾ, ਪਹਿਲਵਾਨ ਹੱਥੀ ਜਿਹੜੀ ਨਾਲ ਹੀ ਕਰਾ ਦਈਏ, ਹੱਥੀ ਜਿਹੜੀ ਕਰੀ ਜਾਵੇ, ਮਨਜੀਤ ਪਹਿਲਵਾਨ ਹਰਿਆਣਾ, ਮਨਜੀਤ ਕਰ ਹੱਥੀ ਜਿਹੜੀ ਪਹਿਲਵਾਨ, ਮਨਜੀਤ ਪਹਿਲਵਾਨ ਹਰਿਆਣਾ, ਚੈਨ ਪਹਿਲਵਾਨ ਜੀ, ਚੈਨ ਵੀ ਤੇਰੇ ਕੋਲ ਦੋ ਪਰਚੀਆਂ ਦਿੱਤੀਆਂ ਸੀਗੀਆਂ, ਪਰਚੀਆਂ ਦੇ ਦਿਓ ਬਾਈ। ਮਲੀਰ ਪੰਜ ਗ੍ਰਾਮ, ਰਿਸ਼ੂ ਪਹਿਲਵਾਨ ਕਠੂਆ, ਪਹਿਲਵਾਨ ਦੇ ਸੱਟ ਲੱਗੀ ਹੈ, ਇਸ ਕਰਕੇ ਗੋਸ਼ਟੀ ਨਹੀਂ ਲੜ ਰਿਹਾ ਬਈ। ਪਹਿਲਾਂ ਤੁਸੀਂ ਤਾੜੀਆਂ ਢਿੱਲੀਆਂ ਜਿਹੀਆਂ ਮਾਰੀਆਂ, ਇੱਕ ਵਾਰ ਤਾੜੀਆਂ ਜੋਰਦਾਰ ਲਾਓ ਨਿਸਾਰ ਦੇ ਲਈ, ਹਾਂ ਵੱਡਾ ਮੱਲ ਹੈ। ਰਾਜਾ ਜਗਦੇਵ ਸਿੰਘ ਜੀ, ਗਿਆਨ ਜੀ ਕਾਲੇ ਵੀਰ ਵੱਲੋਂ, ਕੇਵਲ ਸਰਪੰਚ ਜੀ ਵੱਲੋਂ ਜਿਹੜਾ ਨਿਸਾਰ ਪਹਿਲਵਾਨ ਡੋਡੇ ਵਾਲੇ ਦਾ ਮਾਨ ਸਨਮਾਨ ਕੀਤਾ ਜਾਣਾ ਹੈ, ਮੇਰੀ ਬੇਨਤੀ ਹੈ ਨਿਸਾਰ ਡੋਡਾ ਸਟੇਜ ਤੇ ਆ ਕੇ ਆਪਣਾ ਮਾਨ ਸਨਮਾਨ ਹਾਸਲ ਕਰੇ, ਨਿਸਾਰ ਪਹਿਲਵਾਨ ਡੋਡਾ ਸੁਭਾਸ਼।
ਚੈਨ ਕੋਲ ਪਰਚੀ ਆ ਕਿ ਸ਼ੁਭਮ ਵਾਲੀ ਕੋਨੂ ਤੇ ਸ਼ੁਭਮ ਵਾਲੀ ਕੁਸ਼ਤੀ